ਬਿਸਮਿਲ੍ਲਾਹਿਰ-ਰਹਿਮਾਨ-ਰਹੀਮ। ਅੱਲਾ ਪਾਕ ਤੇਰਾ ਸ਼ੁਕਰ ਕਰਦੇ ਹਾਂ ਅੱਜ ਦੇ ਦਿਨ ਵਾਸਤੇ ਜੋ ਤੂੰ ਸਿਹਤ, ਜ਼ਿੰਦਗੀ, ਤੰਦਰੁਸਤੀ ਨਾਲ ਦਿੱਤਾ। ਮੈਂ ਆਪਣੇ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਕਿਸ ਕਦਰ ਬੇਬਸੀ ਹੋਈ ਆ ਉਹ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਕੋਲ ਵਸਾਇਲ ਨਹੀਂ ਹੈਗੇ। ਇੱਕ ਐਸਾ ਨੌਜਵਾਨ ਜਿਹੜਾ ਵਸਾਇਲ ਨਾ ਹੋਣ ਦੀ ਵਜ੍ਹਾ ਤੋਂ ਉਹ ਆਪਣੀ ਥੋੜ੍ਹਾ ਬਹੁਤ ਰੁਜ਼ਗਾਰ ਰੱਖ ਕੇ ਅਤੇ ਉਹ ਗਲੀ ਗਲੀ ਫਿਰਦਾ ਵਾ, ਰੋਡ ਰੋਡ ਫਿਰਦਾ ਵਾ, ਔਰ ਤੁਸੀਂ ਦੇਖੋਗੇ ਕਿ ਉਹ ਉਹਨੇ ਕੁ ਸਾਜ਼ੋ ਸਮਾਨ ਦੇ ਵਿੱਚ ਕਿੰਨਾ ਕੁ ਕਮਾ ਲੈਂਦਾ ਹੋਵੇਗਾ। ਆ ਜਾਓ ਬੇਟਾ, ਆ ਜਾਓ। ਮਿਹਨਤ ਕਰਨ ਦਾ ਜਜ਼ਬਾ ਹੈ, ਵਸਾਇਲ ਨਾ ਹੋਣ ਦੀ ਵਜ੍ਹਾ ਤੋਂ ਉਹ ਆਪਣਾ ਜਜ਼ਬਾ ਜਿਹੜਾ ਨਾ ਉਹਦਾ ਜ਼ਾਇਆ ਹੋ ਰਿਹਾ ਵਾ। ਜੀ ਬਾਜੀ, ਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਕੈਸੇ ਹੋ ਬੇਟਾ, ਠੀਕ ਹੋ? ਯਹਾਂ ਰੱਖੋ ਆਪਣਾ ਸਾਜ਼ੋ ਸਮਾਨ। ਸਾਨੂੰ ਪੂਰਾ ਹਫ਼ਤਾ ਹੋ ਗਿਆ ਕਿ ਅਸੀਂ ਇਸ ਨੌਜਵਾਨ ਨੂੰ ਵਾਚ ਕਰ ਰਹੇ ਸਾਂ। ਸਾਡੇ ਗੇਟ ਦੇ ਅੱਗੋਂ ਦੀ ਵੀ ਗੁਜ਼ਰਦਾ ਸੀ, ਫਿਰ ਮੇਰੇ ਆਉਂਦਿਆਂ ਜਾਂਦਿਆਂ ਵੀ ਨਜ਼ਰਾਂ ਦੇ ਸਾਹਮਣੇ ਆ ਰਿਹਾ ਸੀ। ਫਿਰ ਮੈਂ ਆਪਣੇ ਜਿਹੜਾ ਨਾ ਜਿਹੜੀ ਮੈਨੇਜਮੈਂਟ ਕਰਦਾ ਵਾ ਜ਼ਫਰ ਸਾਹਿਬ, ਫਿਰ ਮੈਂ ਉਹਨੂੰ ਇਹਦੇ ਪਿੱਛੇ ਲਗਾਇਆ ਸੀ ਕਿ ਇਹਦਾ ਸਾਰਾ ਬਾਇਓਡਾਟਾ ਮੈਨੂੰ ਚਾਹੀਦਾ ਵਾ, ਇਹ ਬੱਚਾ ਕਿੱਥੋਂ ਆਉਂਦਾ ਵਾ, ਕਿਸ ਤਰ੍ਹਾਂ ਵਾ, ਇਹਦੇ ਹਾਲਾਤ ਕੀ ਆ ਕੀ ਨਹੀਂ। ਉਹ ਸਾਰੇ ਹਾਲਾਤ ਜਾਣ ਕੇ ਅਤੇ ਫਿਰ ਇਸ ਬੱਚੇ ਨਾਲ ਅੱਜ ਅਸੀਂ ਗੁਫ਼ਤਗੂ ਕਰਨ ਦੇ ਹਾਂ। ਹਾਂਜੀ ਬੇਟਾ ਜੀ, ਕਿੰਨਾ ਕਮਾ ਲੈਂਦੇ ਜੇ? ਜੀ ਇਹਦੇ ਵਿੱਚ ਬਾਜੀ ਜੀ ਕੋਈ 200-300 ਰੁਪਇਆ ਕਮਾ ਲਈ। 200-300 ਰੁਪਇਆ ਕਮਾ ਲੈਂਦੇ ਨੇ ਇਹ ਲੱਛੇ ਨੇ, ਇਹ ਕੌਣ ਖਾਂਦਾ ਵਾ? ਬਸ ਨਿਆਣੇ ਖਾ ਲੈਂਦੇ ਨੇ। ਇਹ ਤੁਸੀਂ ਕਿੱਥੋਂ ਸਮਾਨ ਲੈਂਦੇ ਜੇ? ਇਹ ਵਾਲਾ ਜਿਹੜਾ ਤੇ ਬਾਜ਼ਾਰੋਂ ਲਈਦਾ। ਬਾਜ਼ਾਰੋਂ ਲਈਦਾ ਵਾ? ਅੱਛਾ, 200-300 ਹੱਦ ਸਿਰਫ 300 ਤੱਕ ਇਹ ਬੱਚਾ ਕਮਾ ਲੈਂਦਾ ਵਾ। ਮੈਨੂੰ ਹੋਰ ਆਪਣਾ ਇਹ ਦੱਸਣ ਦੀ ਜ਼ਰੂਰਤ ਨਹੀਂ ਆ, ਹਰ ਚੀਜ਼ ਤੁਹਾਡੇ ਸਾਹਮਣੇ ਆ। ਇਸ ਇੰਨੇ ਕੁ ਕਾਰੋਬਾਰ ਦੇ ਵਿੱਚ ਥਾਲ ਕੰਧੇ ਤੇ ਚੁੱਕ ਕੇ ਸਟੈਂਡ ਹੱਥ 'ਚ ਫੜ ਕੇ ਤੇ ਗਲੀ ਗਲੀ ਫਿਰਨਾ ਕਿੰਨੀ ਮਿਹਨਤ ਆ, ਕਿੰਨੀ ਮੁਸ਼ਕਤ ਆ। ਤੇ ਕੋਈ ਗੱਲ ਨਹੀਂ, ਮੇਰਾ ਬੇਟਾ ਅੱਲਾ ਪਾਕ ਤੇ ਹੈ ਨਾ, ਹੈ ਅੱਲਾ ਪਾਕ ਬਿਹਤਰ ਕਰੇਗਾ। ਜ਼ਫਰ ਸਾਹਿਬ, ਇਹਨਾਂ ਨੂੰ ਆਪਣੇ ਡਰੈਸਿੰਗ ਰੂਮ 'ਚ ਲੈ ਕੇ ਜਾਓ, ਤੁਹਾਨੂੰ ਅਸੀਂ ਸਰਪ੍ਰਾਈਜ਼ ਦੇਵਾਂਗੇ। ਇਸ ਬੇਟੇ ਵਾਸਤੇ ਵੀ ਸਰਪ੍ਰਾਈਜ਼ ਰੱਖਿਆ ਵਾ, ਔਰ ਸਰਪ੍ਰਾਈਜ਼ ਕਿਹੜਾ ਵਾ ਉਹ ਤੁਸੀਂ ਦੇਖਣਾ ਕੀ ਸਰਪ੍ਰਾਈਜ਼ ਆ। ਅੱਲਾ ਪਾਕ ਤੇਰਾ ਸ਼ੁਕਰ ਕਰਦੇ ਹਾਂ। ਉਸ ਨਵਾਂ ਨੌਜਵਾਨ ਦਾ ਪਹਿਲੇ ਇਹ ਕਾਰੋਬਾਰ ਸੀ, ਹੁਣ ਉਹਨੂੰ ਇਹ ਨਵਾਂ ਕਾਰੋਬਾਰ ਮਿਲਣਾ ਵਾ। ਉਹਨੂੰ ਨਹੀਂ ਪਤਾ ਕਿ ਉਹਦੇ ਵਾਸਤੇ ਸਰਪ੍ਰਾਈਜ਼ ਸੀ, ਇਹ ਉਹਦੇ ਵਾਸਤੇ ਵੀ ਸਰਪ੍ਰਾਈਜ਼ ਆ, ਇਹ ਸਾਡੇ ਭੈਣ ਭਰਾਵਾਂ ਵਾਸਤੇ ਵੀ ਸਰਪ੍ਰਾਈਜ਼ ਆ। ਆਓ ਜੀ, ਆ ਜਾਓ। ਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਆਪਣੇ ਕਾਰੋਬਾਰ 'ਤੇ ਆਓ, ਇੱਧਰ ਆਓ ਆਪਣੇ ਕਾਰੋਬਾਰ 'ਤੇ। ਤੁਹਾਡਾ ਇਹ ਕਾਰੋਬਾਰ ਆ? ਉਸ ਤੋਂ ਬਾਅਦ ਇਹ ਤੁਹਾਡਾ ਕਾਰੋਬਾਰ ਆ? ਹਾਂ, ਆਓ ਜੀ, ਆਓ ਜੀ, ਆਓ। ਬਿਸਮਿਲ੍ਲਾ ਕਰਕੇ ਇਹ ਨਵਾਂ ਕਾਰੋਬਾਰ ਮੁਬਾਰਕ ਹੋਵੇ। ਖੈਰ ਮੁਬਾਰਕ, ਖੈਰ ਮੁਬਾਰਕ, ਖੈਰ ਮੁਬਾਰਕ। ਇਸ ਨੌਜਵਾਨ ਨੂੰ ਨਹੀਂ ਸੀ ਪਤਾ ਕਿ ਉਹਦੇ ਵਾਸਤੇ ਅੱਜ ਅੱਲਾ ਪਾਕ ਦੀ ਤਰਫੋਂ ਇਹ ਸਰਪ੍ਰਾਈਜ਼ ਹੋਏਗਾ। ਜਦੋਂ ਅਸੀਂ ਆਪਣੀ ਟੀਮ ਨੂੰ ਭੇਜ ਕੇ ਸਰਵੇ ਕਰਵਾਇਆ ਤੇ ਫਿਰ ਸਾਡੀ ਟੀਮ ਇਹਨੂੰ ਮਿਲੀ, ਫਿਰ ਗੱਲਾਂ ਦੇ ਵਿੱਚ ਸਾਡੀ ਟੀਮ ਨੇ ਪੁੱਛਿਆ ਕਿ ਤੂੰ ਕੀ ਕਰਨਾ ਚਾਹੇਂਗਾ, ਤੇ ਫਿਰ ਇਹਦੀ ਜਿਹੜੀ ਖੁਆਇਸ਼ ਸੀ ਉਹ ਇਹ ਫਰੂਟ ਦੀ ਖੁਆਇਸ਼ ਸੀ ਕਿ ਮੈਨੂੰ ਫਰੂਟ ਦਾ ਕਾਰੋਬਾਰ ਕੀਤਾ ਜਾਵੇ। ਇਸ ਤਰ੍ਹਾਂ ਹੀ ਜੇ ਜੀ ਜੀ ਜੀ, ਇਹ ਫਿਰ ਫਰੂਟ ਦਾ ਕਾਰੋਬਾਰ ਤੁਹਾਨੂੰ ਮੁਬਾਰਕ ਹੋਵੇ ਅੱਲਾ ਪਾਕ ਦੀ ਤਰਫੋਂ, ਹੈ ਖੈਰ ਮੁਬਾਰਕ। ਕੈਸਾ ਲੱਗਿਆ ਸਰਪ੍ਰਾਈਜ਼? ਬਹੁਤ ਅੱਛਾ, ਬਹੁਤ ਅੱਛਾ ਲੱਗਾ। ਕਿੰਨਾ ਅੱਛਾ ਲੱਗਾ? ਬਹੁਤ ਅੱਛਾ, ਬਹੁਤ ਅੱਛਾ ਲੱਗਾ, ਹੈ। ਅੱਛਾ ਬੇਟਾ, ਇਹ ਤੇਰੇ
ਨਸੀਬਾਂ 'ਚ ਸੀ, ਤੂੰ ਹੱਕਦਾਰ ਸਾਂ ਅਤੇ ਤੈਨੂੰ ਇਹ ਕਾਰੋਬਾਰ ਅੱਲਾਹ ਪਾਕ ਦੀ ਤਰਫੋਂ ਦਿੱਤਾ ਜਾ ਰਿਹਾ ਵਾ। ਪਹਿਲੇ ਤਾਂ ਮੇਰਾ ਬੇਟਾ ਅੱਲਾਹ ਪਾਕ ਦੀ ਤਰਫੋਂ ਵਾ, ਫਿਰ ਉਸ ਤੋਂ ਬਾਅਦ ਜ਼ਰੀਆ ਬਣੇ ਨੇ ਸਾਰਾ ਜਵੇਦ ਸਾਹਿਬਾ, ਸਾਰਾ ਜਵੇਦ ਸਾਹਿਬਾ, ਉਹਦੇ ਵਾਸਤੇ ਹੱਥ ਚੁੱਕ ਕੇ ਦੁਆ ਕਰੋ ਜਿਨ੍ਹਾਂ ਦੀ ਤਰਫੋਂ ਮੇਰੇ ਬੇਟੇ ਨੂੰ ਕਾਰੋਬਾਰ ਮਿਲਿਆ। ਅੱਲਾਹ ਪਾਕ ਉਹਨੂੰ ਸਿਹਤ ਦੇਵੇ, ਅੱਲਾਹ ਕਾਰੋਬਾਰ 'ਚ ਬਰਕਤ ਪਾਏ, ਅੱਲਾਹ ਪਾਕ ਉਹਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ, ਅੱਲਾਹ ਹੋਰ ਕਿਸੇ ਗਰੀਬ ਦੀ ਮਦਦ ਕਰਨ ਤੋਫੀਕ ਅਤਾ ਫਰਮਾਏ, ਅੱਲਾਹ ਪਾਕ ਉਹਨੂੰ ਬਹੁਤ ਬਹੁਤ ਜ਼ਿਆਦਾ ਦੇਵੇ, ਅੱਲਾਹ ਪਾਕ ਉਹਦੇ 'ਤੇ ਆਪਣੀ ਰਹਿਮਤ ਅਤਾ ਕਰੇ, ਅੱਲਾਹ ਪਾਕ ਸਭ ਨੂੰ ਕਾਰੋਬਾਰ 'ਚ ਬਰਕਤ ਪਾਏ, ਅੱਲਾਹ ਪਾਕ ਤੁਹਾਡੇ 'ਤੇ ਰਹਿਮਤ ਆਪਣੀ ਕਰੇ, ਅੱਲਾਹ ਤੋਫੀਕ ਕਰਾਉਣ ਦੀ ਇਜਾਜ਼ਤ ਦੇਵੇ, ਰੱਬ ਤੁਹਾਨੂੰ ਬਹੁਤ ਜ਼ਿਆਦਾ ਜ਼ਿਆਦਾ ਅਤਾ ਫਰਮਾਵੇ। ਅੱਛਾ, ਹੁਣ ਮੇਰੇ ਬੇਟੇ ਵਾਸਤੇ ਕੋਈ ਆਸਾਨੀ ਹੋ ਜਾਏਗੀ ਜੀ? ਬਹੁਤ ਅੱਛਾ, ਹੁਣ ਚਾਰ ਪੈਸੇ ਸੇਲ ਹੋਏਗੀ ਜੀ, ਮੇਰੇ ਬੱਚੇ ਮੇਰੇ ਅੱਛੇ ਪਲ ਜਾਣਗੇ, ਮੇਰਾ ਗੁਜ਼ਾਰਾ ਹੋ ਜਾਏਗਾ। ਤੇ ਮੈਂ ਦੇਖਣਾ ਚਾਹਾਂਗੀ ਕਿ ਇਸ ਤੋਂ ਵੀ ਭਰੀ ਰੇੜੀ ਹੋਵੇ ਜੀ, ਅੱਲਾਹ ਦਾ ਮੈਂ ਦੇਖਣਾ ਤੁਹਾਨੂੰ ਆਉਂਦੀ ਜਾਂਦੀ ਨੂੰ, ਤੁਹਾਨੂੰ ਪਤਾ ਹੈ ਕਿ ਮੈਂ ਤੁਹਾਨੂੰ ਆਉਂਦੀ ਜਾਂਦੀ ਨੂੰ ਦੇਖਦੀ ਸਾਂ। ਤੇ ਮੇਰੇ ਦਿਲ 'ਚ ਸੀ ਕਿ ਇਸ ਬੱਚੇ ਦਾ ਪਿੱਛਾ ਕਰੋ ਔਰ ਪਤਾ ਕਰੋ ਕਿ ਇਹਦਾ ਕੀ ਦੁੱਖ ਤਕਲੀਫ ਆ। ਤੇ ਇਹ ਬੇਟਾ, ਇਹ ਤੇਰੇ ਸੀ ਤਾਂ ਕੋਈ ਆਸਾਨ ਨਹੀਂ ਹੈ, ਤੇਰਾ ਹੱਕ ਸੀ ਜਿਹੜਾ ਤੈਨੂੰ ਦਿੱਤਾ ਗਿਆ ਵਾ, ਠੀਕ ਹੈ? ਅਤੇ ਮੈਂ ਆਪਣੇ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਦੀ ਹਾਂ ਕਿ ਕੀ ਇਹਦੇ ਵਿੱਚ ਕਿੰਨੀ ਕੁ ਲਾਗਤ ਆਈ ਹੋਏਗੀ, ਕੋਈ ਇੰਨੀ ਖਾਸ ਲਾਗਤ ਨਹੀਂ ਆਉਂਦੀ। ਅਗਰ ਥੋੜ੍ਹੀ ਜਿੰਨੀ ਲਾਗਤ ਨਾਲ ਇੱਕ ਨੌਜਵਾਨ ਦੀ ਜ਼ਿੰਦਗੀ ਬਦਲਦੀ ਹੋਵੇ, ਉਹਦੇ 'ਚ ਜਜ਼ਬਾ ਜਿਹੜਾ ਆ ਜਾਵੇ ਕਿ ਮੈਨੂੰ ਹੌਸਲਾ ਮਿਲ ਗਿਆ, ਮੈਨੂੰ ਆਸਰਾ ਮਿਲ ਗਿਆ, ਅਤੇ ਇਹੋ ਜਿਹੇ ਆਸਰੇ ਹੌਸਲੇ ਤੁਸੀਂ ਵੀ ਦੇਵੋ। ਔਰ ਜਦੋਂ ਤੁਸੀਂ ਦੇਵੋਗੇ ਨਾ, ਤਾਂ ਯਕੀਨ ਜਾਣੋ ਤੁਹਾਨੂੰ ਬੜਾ ਹੀ ਸਕੂਨ ਮਿਲੇਗਾ। ਉਹ ਜਿਹੜਾ ਸਕੂਨ ਆ ਉਹ ਮੇਰੇ ਰੱਬ ਦੀ ਤਰਫੋਂ ਸਕੂਨ ਮਿਲਦਾ ਵਾ। ਇੱਕ ਖੁਸ਼ੀ ਮਹਿਸੂਸ ਹੁੰਦੀ ਆ ਕਿ ਅਸੀਂ ਕਿਸੇ ਪਾਸੇ ਕੁਛ ਕੀਤਾ, ਅਤੇ ਰੱਬ ਸਭ ਨੂੰ ਤੌਫੀਕ ਦੇਵੇ ਕਿ ਐਸੇ ਹੱਕਦਾਰਾਂ ਦੇ ਕੋਲ ਜਾਓ ਔਰ ਦੇਖੋ ਕਿ ਉਹਨੂੰ ਕਿਸ ਚੀਜ਼ ਦੀ ਜ਼ਰੂਰਤ ਵਾ, ਔਰ ਉਹਦੀ ਚੀਜ਼ ਅੱਲਾਹ ਪਾਕ ਦੀ ਤਰਫੋਂ ਜਦੋਂ ਤੁਸੀਂ ਉਹਦੀ ਪੂਰੀ ਕਰ ਦਿਓਗੇ ਨਾ, ਤਾਂ ਰੋਜ਼ੇ ਮਹਿਸ਼ਰ ਅੱਲਾਹ ਪਾਕ ਤੁਹਾਡੇ ਵਾਸਤੇ ਬਹੁਤ ਆਸਾਨੀਆਂ ਕਰੇਗਾ। ਤੁਹਾਨੂੰ ਨਹੀਂ ਪਤਾ ਇਹਦਾ ਅਜਰ ਅੱਲਾਹ ਪਾਕ ਦੇ ਕੋਲ ਕਿੰਨਾ ਵਾ। ਅਤੇ ਬਹੁਤ ਸ਼ੁਕਰੀਆ, ਅੱਲਾਹ ਹਾਫਿਜ਼।